ਇਹ ਕਹਿੰਦਾ ਇਹ ਜਿਹੜੀ ਉਹ ਪਲੈਨਿੰਗ ਜਦੋਂ ਸਪੀਕਰ ਦੇ ਨਾਲ ਮਿਲ ਕੇ ਕੀਤੀ ਤੇ ਉਹਨੂੰ ਕਹਿੰਦਾ ਕਿ ਕਿਸੇ ਤਰੀਕੇ ਇਹਨੂੰ ਤਰੀਕੇ 4 ਅਪ੍ਰੈਲ ਵਾਲੇ ਦਿਨ ਵੋਟਿੰਗ ਕਰਾ ਹੁਣ 4 ਅਪ੍ਰੈਲ ਦਾ ਯੂਥੀਆਂ ਨੂੰ ਕੀ ਪਤਾ ਹੈ ਕਿ 4 ਅਪ੍ਰੈਲ ਕੀ ਹੈ ਇਹ ਤੇ ਇਹ ਹੀ ਸਮਝ ਰਹੇ ਹੋਣਾ ਨਾ ਬੇਨਾਂ ਦੀਆਂ ਨਿੱਕੀਆਂ ਦੇ ਵਿਆਹ ਹੋਏ ਸੀ ਉਦੋਂ ਠੀਕ ਹੈ ਤੁਸੀਂ ਜਰਾ ਗੇਮ ਚੈੱਕ ਕਰੋ ਅਸੀਂ ਕਿਹਾ 31 ਮਾਰਚ ਤੱਕ ਹੋਵੇ ਅਗਰ ਉਸੇ ਕਾਨੂੰਨ ਦੇ ਮੁਤਾਬਕ ਇਹ ਚੱਲਦੇ ਤੇ 31 ਤੱਕ ਇਹਦੀ ਛੁੱਟੀ ਚਲੋ 2-4 ਦਿਨ ਦਾ ਤੇ ਯਾਰ ਤੁਸੀਂ ਮਾਰ ਜੰਦੇ ਹੀ ਸਕਦੇ ਹੋ ਨਾ ਬਾਬੇ ਰਾਣੂ ਵੀ ਇਹ ਤੇ ਗੱਲ ਕਾਹੀ ਨਹੀਂ ਨਾ ਭਾਈ ਉਹ ਕਹਿੰਦਾ ਹੁਣ ਭਾਈ ਇਹ VOTING ਜਿਹੜੀ ਹੈ ਨਾ ਇਹ ਤਰੀਕ 4 ਅਪ੍ਰੈਲ ਤੱਕ ਲੈ ਕੇ ਜਾਓ ਹੁਣ ਅੱਜ ਕੀ ਹੈ 28 ਠੀਕ ਹੈ 28 29 30 31 1 2 3 4 ਜੁਮਾ ਅੱਛਾ ਜੁਮਰਾਤ ਨੂੰ ਕੱਤੀ ਹੈ ਜੁਮਾ ਹਫਤਾ ਇਤਵਾਰ ਤੇ ਸੋਮਵਾਰ ਸੋਮਵਾਰ ਨੂੰ ਬੰਦੀ ਚਾਰ ਉਹ ਹੈਗਾ ਆਖਰੀ ਦਿਨ ਤਰੀਕੇ ਅਦਮ ਇਤਮਾਦ ਦੀ ਮੁੱਦਤ ਪੂਰੀ ਹੋਣ ਦਾ ਅਗਰ ਉਸ ਦਿਨ ਵੀ ਨਹੀਂ ਹੁੰਦੀ ਤੇ ਆਟੋਮੈਟਿਕਲੀ ਖਾਨ ਵਜ਼ੀਰ ਆਜ਼ਮ ਨਹੀਂ ਰਹਿੰਦਾ ਇਹ ਵੀ ਮੈਂ ਨਾਲ ਤੁਹਾਨੂੰ ਨਾਲ ਨਾਲ ਥੋੜਾ ਜਿਹਾ ਆਇਨ ਔਰ ਕਾਨੂੰਨ ਵੀ ਦੱਸਤਾ ਜਾਵਾਂ ਇਹ ਹੁਣ ਇਹਦੀ ਜਿਹੜੀ ਖਾਸ਼ ਆ ਇਹ ਕੋਈ ਹਰ ਬੰਦੇ ਦੀ ਆਪਣੀ ਖਾਸ਼ ਹੁੰਦੀ ਹੈ ਕਿ ਉਸ ਕਿਸ ਤਰੀਕੇ ਨਾਲ ਜਾਣਾ ਚਾਹੁੰਦਾ ਹੈ ਉਹ ਆਖਰੀ ਵਕਤ ਤੇ ਉਹ ਜੇਲਰ ਵੀ ਪੁੱਛਦੇ ਨੇ ਉਹ ਜਿਹੜੇ ਕ੍ਰਿਚਕੀ ਨਹੀਂ ਲਾਂਦੇ ਕਿ ਤੇਰੀ ਕੋਈ ਆਖਰੀ ਖਾਸ਼ ਇਹਨੇ ਜਿਹੜੀ ਆਪਣੀ ਆਖਰੀ ਖਾਸ਼ ਦੱਸੀਏ ਨੇ ਜਲਸੇ 'ਚ ਵੀ ਦੱਸੀ ਆ ਜਲਸੇ ਦੇ ਵਿੱਚ ਜਿਹੜਾ ਨੇ اسلام ਆਬਾਦ ਕੀਤਾ 8-9 ਹਜ਼ਾਰ ਬੰਦਾ ਇਕੱਠਾ ਕਰਕੇ ਪੂਰੇ ਪਾਕਿਸਤਾਨ 'ਚ ਉਹਦੇ 'ਚ ਵੀ ਇਹਨੇ ਉਹ ਖਾਸ਼ ਜ਼ाहਰ ਕੀਤੀ ਹੈ ਪਰ ਯੋਧੀਆਂ ਨੂੰ ਕੀ ਪਤਾ ਕਿ ਉਹ ਕੀ ਕਹਿ ਰਿਹਾ ਹੈ ਮਤਲਬ ਉਹ ਮੈਂ ਦੱਸ ਦੇਣਾ ਨਾ ਜਲਸੇ ਦੇ ਵਿੱਚ ਬਾਰ-ਬਾਰ ਜੀਏ ਪੁੱਟੋ ਦੇ ਨਾਰੇ ਲਵਾ ਰਿਆ ਸੀ ਇੰਜ ਨਹੀਂ ਸੀ ਕਹਿ ਰਿਹਾ ਬਈ ਜੀਏ ਪੁੱਟੋ ਜਾਂ ਪੁੱਟੋ ਜ਼ਿੰਦਾਬਾਦ ਨਹੀਂ ਇਨਡਾਇਰੈਕਟ ਨਾਰੇ ਆਪਣੇ ਅੰਦਰ ਜ਼ੁਲਫਕਾਰ ali ਪੁੱਟੋ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਜ਼ੁਲਫਕਾਰ ali ਪੁੱਟੋ ਦੀ ਤਰ੍ਹਾਂ ਇੱਕ ਖਾਲੀ ਕਾਗਜ਼ ਜਿਹੜਾ ਉਹ ਘੁਮਾਰਿਆ ਸੀ ਉਹਨੇ ਤੇ ਉਹ ਖਤ ਕਮਾਇਆ ਸੀ ਨਾ ਰਾਜਾ ਬਾਜ਼ਾਰ ਵਿੱਚ ਜਿਹੜਾ ਉਹ ਵਜ਼ੀਰ-ਏ-ਖਰਜਾ ਨੇ ਅਮਰੀਕਾ ਦੇ ਨੂੰ ਲਿਖਿਆ ਆ ਬੇ ਅਗਰ ਤੂੰ ਐਟਮ ਬੰਬ ਬਣਾਏਂਗਾ ਤੇ ਮੈਂ ਤੇਰਾ ਤੜਨ ਤਖਤਾ ਕਰ ਦਿਆਂਗਾ ਉਹ ਫਿਰ ਖਤ ਜਿਹੜਾ ਉਹਨੇ ਰਾਜਾ ਬਾਜ਼ਾਰ ਵਿੱਚ ਲਰਾਇਆ ਕਿਹਾ ਵੇਖੋ ਐ ਮੈਨੂੰ ਕਹਿੰਦੇ ਨੇ ਕਿ ਅਗਰ ਤੂੰ ਐਟਮ ਬੰਬ ਬਣਾਇਆ ਤੇ ਅਸੀਂ ਤੇਰਾ ਤੜਨ ਤਖਤਾ ਕਰ ਦਿਆਂਗੇ ਲੇਕਿਨ ਮੈਂ ਇਹ ਬਣਾ ਕੇ ਛੱਡਾਂਗਾ ਔਰ ਉਸ ਬਣਾ ਕੇ ਛੱਡਿਆ ਬਣਾਉਣ ਤੋਂ ਬਾਅਦ ਉਹ ਫਿਰ ਤਖਤਾਦਾਰ ਤੇ ਚੜ ਗਿਆ ਇਹ ਖਾਲੀ ਕਾਗਜ਼ ਕਮਾਈ ਜਾ ਰਿਹਾ ਸੀ ਉੱਥੇ ਤੁਸੀਂ ਫੋਟੋਕਾਪੀ ਚੈੱਕ ਕਰੋ ਇਹ ਉੱਥੇ ਪੁੱਟੋ ਬਣਨ ਦੀ ਕੋਸ਼ਿਸ਼ ਕੀਤੀ ਪੁੱਟੋ ਦੀਆਂ ਤਰੀਫਾਂ ਕੀਤੀਆਂ ਪੁੱਟੋ ਵਰਗਾ ਬੰਦਾ ਨਹੀਂ ਆ ਸਕਦਾ ਪੁੱਟੋ ਨੂੰ ਵੀ ਇੱਕ ਖੱਤ ਆਇਆ ਸੀ ਪੁੱਟ ਲੇਕਿਨ ਪੁੱਟੋ ਨੇ ਤਾਂ ਜਾਨ ਦਿੱਤੀ ਸੀ ਤੇ ਤੂੰ ਉੱਥੇ 10 ਮਣ ਮੁਰਗੀਆਂ ਜਿਹੜੀਆਂ ਉਹ ਸਾੜਨਾਂ ਪਿਆ ਬਣੀ ਗੱਲਾਂ ਦੇ ਵਿੱਚ ਪੁੱਟੋ ਤੇ ਤਖਤਾਦਾਰ ਤੇ ਚੜ ਗਿਆ ਆਪਣੇ ਮੁਲਕ ਆਸਤੇ ਆਟਮ ਬੰਬ ਬਣਾ ਕੇ ਚੜ ਗਿਆ ਮੁਲਕ ਨੂੰ ਐਟਮਿਕ ਕਵਤ ਬਣਾ ਦਿੱਤਾ ਉਹ ਤੇ ਚੜ ਗਿਆ ਨਾ ਬਾਜ਼ੀ ਤੇ ਤੇ ਤੂੰ ਉਥੇ 10 ਮਣ ਮੁਰਗੀਆਂ ਜਿਹੜੀਆਂ ਉਹ ਸਾੜਨ ਆ ਪਏ ਡੇਲੀ ਮਾਈ ਕੋਲ ਉੱਤੇ ਫੇਰੇ ਲਵਾ ਰਿਆ ਆਪਣੀ ਬਚਤ ਹਾਸਤੇ ਤੇ ਤੂੰ ਪੁੱਟੋ ਬਣਨਾ ਚਾਹ ਰੇ ਹੁਣ ਇਹ 4 ਅਪ੍ਰੈਲ ਜਿਹੜਾ ਇਹ 4 ਅਪ੍ਰੈਲ ਨੂੰ ਕਿਉਂ ਘਾਰ ਜਾਣਾ ਚਾਹਦਾ ਗੱਲ ਨੂੰ ਬੜੇ ਧਿਆਨ ਨਾਲ ਸੁਣ ਲਿਆ ਜੇ 4 ਅਪ੍ਰੈਲ ਨੂੰ ਜ਼ੁਲਫਕਾਰ ali ਪੁੱਟੋ ਨੂੰ ਫਾਂਸੀ ਦਿੱਤੀ ਗਈ ਸੀ ਔਰ ਉਹ ਦਿਨ ਤੇ ਆ ਦਿਨ ਪਾਕਿਸਤਾਨ ਸਭ ਨਹੀਂ ਸਕਿਆ ਲੇਕਿਨ ਜੂਥੀਆਂ ਨੂੰ ਕੀ ਪਤਾ ਕਿ ਜ਼ੁਲਫਕਾਰ ਵਾਲੀ ਪੱਟੋ ਕੌਣ ਸੀ ਉਹਨਾਂ ਨੂੰ ਕੀ ਪਤਾ ਉਹ ਉਹ ਉਹਦੀ ਇੱਕ ਹੀ ਕੁਰਬਾਨੀਆਂ ਨੇ ਉਹਨੇ ਮੁਲਕ ਆਸਤੇ ਕੀ ਕੀਤਾ ਅੱਜ ਜਿੰਨਾ ਵੀ ਤੁਸੀਂ ਯੂਥੀਆ ਯੂਰਪ ਅਮਰੀਕਾ ਕੈਨੇਡਾ ਜਾਪਾਨ 'ਚ ਬੈਠਾ ਹੈ ਉਹਨਾਂ ਨੂੰ ਪਾਸਪੋਰਟ ਜ਼ੁਲਫਕਾਰ ਵਾਲੀ ਪੱਟੋ ਨੇ ਦਿੱਤਾ ਸੀ ਅੱਜ ਜੇਕਰ ਤੁਸੀਂ ਸਕੂਨ ਦੀ ਨੀਂਦ ਸੌਂਦੇ ਹੋ ਕਿ ਤੁਹਾਡੇ ਕੋਲ ਐਟਮੀ ਪ੍ਰੋਗਰਾਮ ਹੈ ਤੇ ਜ਼ੁਲਫਕਾਰ ਵਾਲੀ ਪੱਟੋ ਨੇ ਦਿੱਤਾ ਸੀ ਉਨੂੰ ਅਮਰੀਕਾ ਨੇ ਕਿਹਾ ਸੀ ਕਿ ਇਹ ਨਹੀਂ ਬਣਾਣਾ ਉਹਨੇ ਕਿਹਾ ਮੈਂ ਬਣਾਣਾ ਭਾਵੇਂ ਜੋ ਮਰਜ਼ੀ ਕਰ ਲੋ ਔਰ ਉਹਨਾਂ ਫਿਰ ਕਰਕੇ ਵਹਾ ਦਿੱਤਾ ਲੇਕਿਨ ਪੁੱਟੋ ਵੀ ਪਿੱਛੇ ਨਹੀਂ ਹਟਿਆ ਇਹ ਅੱਜਕੱਲ ਪੁੱਟੋ ਦੇ ਨਾਰੇ ਮਾਰ ਰਿਹਾ ਆਪਣੇ ਜਲਸੇ ਦੇ ਵਿੱਚ ਔਰ ਪੁੱਟੋ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਕਹਿੰਦਾ ਹੈ ਕਿ ਮੈਂ 4 ਅਪ੍ਰੈਲ ਨੂੰ ਉਤਰਨਾ ਹੈ ਇਹ ਜਿਹੜੀ ਮੇਰੇ ਖਿਲਾਫ VOTING ਹੈ ਇਹ 4 ਅਪ੍ਰੈਲ ਨੂੰ ਹੋਈ ਜਿਸ ਦਿਨ ਪੁੱਟੋ ਨੂੰ ਫਾਂਸੀ ਹੋਈ ਸੀ ਕਿਉਂਕਿ ਮੈਂ ਵੀ ਕਹਾ ਕਿ ਮੈਂ ਵੀ 4 ਅਪ੍ਰੈਲ ਨੂੰ ਮੈਨੂੰ ਵੀ ਸਿਆਸੀ ਸ਼ਹੀਦ ਕੀਤਾ ਗਿਆ ਉਹਨਾਂ ਤੱਕ ਤਾਂ ਨਹੀਂ ਬਸ ਤੇਰੇ ਪੱਲੇ ਕੀ ਇਹ ਬੱਤ ਤੇਰੇ ਵਿੱਚੋਂ ਤਾਤਾਂ ਲਗੀਆਂ ਮਤਲਬ ਕਿਆ ਪਿੱਦੀ ਕਿਆ ਪਿੱਦੀ ਦਾ ਸ਼ੋਰ ਬਾਤ ਕਿੱਥੇ ਜ਼ulfiqar ਵਾਲੀ ਭੁੱਟੋ ਕਿੱਥੇ ਤੂੰ ਚੰਦ ਯੁੱਥੀਏ ਚੰਦ ਨਸ਼ੇ ਕੀ ਕੁੜੀਆਂ ਬਾਦ ਕੁਰਸੀ ਕੇ ਮੇਰੇ ਘਰ ਸੇ ਇਹ ਸਮਾਂ ਨਿਕਲਾ ਕਹਿੰਦਾ ਮੈਂ ਸਿਆਸੀ ਸ਼ਹੀਦ ਹੋਣਾ ਹੈ 4 ਅਪ੍ਰੈਲ ਨੂੰ ਤਾਕੇ ਮੈਂ ਫਿਰ ਉਹ ਦਿਨ ਮਨਾਵਾ ਕਰਾਂ ਯੋਮ ਜਮਹੂਰੀਆ ਦੇ ਨਾਂ ਤੇ ਯੋਮ ਸ਼ਹਾਦਤ ਦੇ ਨਾਂ ਤੇ ਔਰ ਉਹ ਪੁੱਟੋ ਵਾਲਾ ਜਿਹੜਾ 4 ਅਪ੍ਰੈਲ ਦਾ ਜਿਹੜਾ ਉਹ ਸਰਖੇਲ ਮੇਰੇ ਸਿਰ ਤੇ ਲੱਗ ਜਾ ਕਿ ਮੈਂ ਵੀ ਜਿਹੜਾ ਉਹ ਖਤ ਮੈਨੂੰ ਕਿਸੇ ਨੇ ਧਮਕੀ ਲਈ ਕਿ ਤੈਨੂੰ ਇੰਜ ਕਰ ਦਿਆਂਗਾ ਉਹ ਕਰ ਦਿਆਂ ਤੇ ਮੈਂ ਵੀ ਉਹ ਪੁੱਟੋ ਆ ਤੁਸੀਂ ਉਹਨਾਂ ਅੰਦਾਜ਼ਾ ਲਾ ਲਓ ਨਾ ਕਿ ਕਿਸ ਤਰ੍ਹਾਂ ਇਹ ਡਰਾਮੇਬਾਜ਼ੀ ਕਰ ਰਿਹਾ ਤੇ ਇਹ ਹੁਣ 31 ਮਾਰਚ ਦੀ ਬਜਾਏ ਜਿਹੜਾ ਆਖਰੀ ਦਿਨ ਆ ਨਾ ਇਹਦਾ ਫਾਈਨਲ ਟੱਚ ਆ ਉਸ ਤੋਂ ਅੱਗੇ ਤੇ ਇਹਦੀ ਵੈਸੇ ਹੀ ਕੁਰਸੀ ਖਤਮ ਹੁੰਦੀ ਏ ਸੋਮਵਾਰ ਦਾ ਦਿਨ 4 ਅਪ੍ਰੈਲ ਨੂੰ ਇਹ VOTING ਕਰਾਣਾ ਚਾਹੇਗਾ ਔਰ ਉਸ ਦਿਨ ਇਹ ਸਿਆਸੀ ਸ਼ਹੀਦ ਬਣਨਾ ਚਾਹੇਗਾ ਔਰ 4 ਅਪ੍ਰੈਲ ਨੂੰ ਜ਼ੁਲਫਕਾਰ ਅਲੀ ਪੁੱਟੋ ਦੀ ਬਰਸੀ ਆ ਉਹਦੀ ਸ਼ਹਾਦਤ ਦਾ ਦਿਨ ਤੇ ਉਸ 4 ਅਪ੍ਰੈਲ ਨੂੰ ਇੱਕ ਕੈਸ਼ ਕਰਕੇ ਤੇ ਆਪਣੇ ਨਾਲ ਰੱਖਣਾ ਚਾਹੇਗਾ ਕਿ ਇੱਕ ਵਜ਼ੀਰ ਆਜ਼ਮ ਨੂੰ 4 ਅਪ੍ਰੈਲ ਨੂੰ ਤਖਤਾਦਾਰ ਤੇ ਚੜਿਆ ਔਰ ਇੱਕ ਵਜ਼ੀਰ ਆਜ਼ਮ ਨੂੰ 4 ਅਪ੍ਰੈਲ ਨੂੰ ਕੁਰਸੀ ਤੇ ਲਾਇਆ ਔਰ ਇਹ ਦੋਵੇਂ ਸਾਜ਼ਸ਼ਾਂ ਜਿਹੜੀਆਂ ਨੇ ਇੱਕੋ ਮੁਲਕ ਨਹੀਂ ਕੀਤੀਆਂ ਸੀ ਐ ਹੁਣ ਇਹ ਡਰਾਮਾ ਕਰਨਾ ਚਾਹ ਰਿਹਾ ਔਰ ਲੱਗਦਾ ਮੈਨੂੰ ਇੰਜ ਏ ਕਿ 4 ਅਪ੍ਰੈਲ ਨੂੰ ਇਹਦੀ ਛੁੱਟੀ ਜਿਹੜੀ ਏ ਇਹ ਹੋਏਗੀ